ਇਹ ਨਹੀਂ ਰਹਿਣੀ ਹੈਗੀ ਹੁਣ, ਇਹ ਤਾਂ ਕੋਈ ਸਿੱਖ ਸਕਦਾ ਨਾ ਕੀ ਹੈ ਜੀ। ਦੇਵ ਕਰੋ ਦਿਆ ਮੋਹੇ ਮਾਰਗ ਲਾਭੋ, ਮੋਹੇ ਮਾਰਗ ਲਾਭੋ ਜਿੱਤ ਭੈ ਬੰਧਨ ਟੁੱਟੇ, ਨਿਰਭੈ ਪਦ ਦੀ ਪ੍ਰਾਪਤੀ ਹੋ ਜਾਏ, ਭੈ ਪਦ ਦੀ ਪ੍ਰਾਪਤੀ ਹੋ ਜਾਏ, ਮੌਤ ਦਾ ਵੀ ਭੈ ਨਾ ਰਹੇ। ਇੱਥੇ ਆ ਕੇ ਮਨ ਨੇ ਕਬੂਲ ਕੀਤਾ ਸੀ ਭੈ ਬੰਧਨ ਪਹਿਲਾਂ ਟੁੱਟ ਗਏ, ਖਾਲਸਾ ਬਾਅਦ ਤਿਆਰ ਹੋਏ। ਜਿਨ੍ਹਾਂ ਨੇ ਸਿਰ ਦਿੱਤੇ ਤੇ ਉੱਠ ਕੇ ਉਹ ਅਸਲਾਂ ਨੂੰ ਪਾਰ ਕਰੇ ਹੋਏ ਤੇ ਪਹਿਲਾਂ ਸਿੱਖੀ ਉਹ ਤੋਂ ਸਟਾਰਟ ਨਹੀਂ ਹੁੰਦੀ, ਇੱਥੇ ਆ ਕੇ ਸਿੱਖੀ ਖਤਮ ਹੁੰਦੀ ਹੈ। ਸਿੱਖੀ ਦੀ ਲਕੀਰ ਟੱਪ ਜਾਂਦਾ ਹੈ, ਸੰਸਾਰ ਨੂੰ ਜਿੱਤ ਲੈਂਦਾ ਇੱਥੇ ਆ ਕੇ। ਜਾਂ ਭੈ ਬੰਧਨ ਟੁੱਟ ਗਿਆ, ਭੈ ਬੰਧਨ ਟੁੱਟੇ ਦੇ ਬਾਅਦ ਉੱਠਿਆ ਸਿਰ ਦੇਣ ਨੂੰ, ਨਵਾਂ ਦਾ ਗੁਰਬਾਣੀ ਉਹਨੇ ਮੰਨ ਲਈ ਸਾਰੀ, ਪੜ੍ਹ ਲਈ, ਸਮਝ ਲਈ। ਖਾਲਸਾ ਸਿੱਖ ਨਹੀਂ ਹੈ, ਪਾਸ ਹੋਇਆ ਹੋਇਆ ਸਿੱਖ ਹੈ। ਜਿਹੜਾ ਸਕੂਲ ਕਾਲਜ ਛੱਡ ਜਾਂਦਾ ਨਾ ਉਹ ਅਵਸਥਾ ਦੀ, ਜੋ ਪੜ੍ਹਨਾ ਸੀ ਪੜ੍ਹ ਲਿਆ ਸੰਸਾਰ 'ਚ, ਉਹ ਅਵਸਥਾ ਦੀ, ਉਹ ਫਿਰ ਪੜ੍ਹਾਉਣ ਲੱਗਦਾ ਹੈ। ਇਸ ਕਰਕੇ ਖਾਲਸਾ ਗੁਰੂ ਹੈ, ਗੁਰੂ ਉਹਨਾਂ ਨਾਲ ਪੰਜ ਪਿਆਰੇ ਗੁਰੂ ਵਾਲੀ ਜੋ ਜ਼ਿੰਮੇਵਾਰੀ ਸੀ ਉਹ ਝੰਡਾ ਵਰਦਾਨ ਨੇ ਧਰਮ ਪ੍ਰਚਾਰ ਦੇ, ਇੱਕ ਨੂੰ ਨਹੀਂ ਦਿੱਤੀ ਉਹਨਾਂ ਨੇ ਜ਼ਿੰਮੇਵਾਰੀ, ਪੰਜ ਨੂੰ ਦਿੱਤੀ ਹੈ। ਇੱਕ ਤਾਂ ਆਪਣੀ ਮਰਜ਼ੀ ਕਰ ਲੈਂਦਾ, ਗਲਤ ਸਮਝ ਲੈਂਦਾ, ਗਲਤ ਪ੍ਰਚਾਰ ਕਰ ਦਿੰਦਾ, ਬੰਦਾ ਵਾ ਬਾਅਦ ਫਿਰ ਇਕੱਲਾ ਹੀ ਪੈ ਗਿਆ। ਮੈਨੂੰ ਦਿੱਤੀ ਹੈ, ਜਾਂ ਪੰਜ ਪਿਆਰੇ ਤਾਂ ਪਹਿਲਾਂ ਬਣਾ ਤੇ, ਤੈਨੂੰ ਇੱਕ ਮੁਹਿੰਮ ਤੇ ਜਾਣ ਨੂੰ ਭੇਜਿਆ। ਜੇ ਇੱਕ ਮੁਹਿੰਮ ਤੇ ਰਾਜਾ ਕਿਸੇ ਨੂੰ ਭੇਜਦਾ, ਰਾਜ ਨਹੀਂ ਦਿੰਦਾ ਹੁੰਦਾ ਉਹਨੂੰ, ਰਾਜ ਦਿੱਤਾ ਤੈਨੂੰ, ਮੁਹਿੰਮ ਤੇ ਭੇਜਿਆ, ਇੱਕ ਲੜਾਈ ਤੇ ਭੇਜਿਆ। ਲੜਾਈ ਸੰਸਾਰੀ ਸੀ, ਉਹ ਸੰਸਾਰੀ ਸੀ, ਬੰਗਲਾਦੇਸ਼ ਦੀ ਲੜਾਈ ਤੇ ਭੇਜੇ ਸੀ ਫੌਜ। ਫੌਜ ਦਾ ਹਿੰਦੁਸਤਾਨ ਤੇ ਰਾਜ ਥੋੜੀ ਹੋ ਗਿਆ, ਸਾਰਾ ਰਾਸ਼ਟਰਪਤੀ ਉੱਤੇ ਥੋੜੀ ਹੋ ਗਿਆ, ਜਿਹੜਾ ਜਨਰਲ ਭੇਜਿਆ ਸੀ ਉਹਦੇ ਅੰਡਰ ਲੜੂਗਾ, ਫਿਰ ਵੀ ਲੜੂ ਤਾਂ ਮਾਲਕ ਦੇ ਅੰਡਰ। ਜੇ ਉਹੀ ਆਕੀ ਹੋ ਜਾਵੇ, ਜੇ ਬਾਗੀ ਹੋ ਜਾਵੇ, ਫਿਰ ਉਹ ਬਾਗੀ ਹੈ, ਉਹ ਬੰਦਾ ਬਹਾਦਰ ਬਾਗੀ ਹੋ ਗਿਆ ਸੀ, ਬਾਅਦ ਚ ਖਾਲਸੇ ਨੇ ਤਾਰ ਜੱਤ ਕੀਤਾ, ਉਹ ਤਾਂ ਮਾਲਕ ਦਾ ਹੀ ਬਾਗੀ ਹੋ ਗਿਆ। ਜਿਹਨੇ ਭੇਜਿਆ ਉਸੇ ਤੋਂ ਬਾਗੀ ਹੋ ਗਿਆ, ਜੋ ਕੁਛ ਕਿਹਾ ਉਹ ਗੱਲਾਂ ਦਾ ਹੀ ਬਾਗੀ ਹੋ ਗਿਆ। ਇਹ ਖੁਦ ਬਾਗੀ ਨੇ ਜਿਹੜੇ ਉਹਨੂੰ ਮਨਾਉਂਦੇ ਨੇ, ਆਪ ਵੀ ਬਾਗੀ ਨੇ ਨਾ। ਅਸਲ ਚ ਅਸੀਂ ਆਪ ਬਾਗੀ ਹਾਂ ਜਗੁਰੂ ਤੋਂ, ਜਿਹਨਾਂ ਨੂੰ ਬੰਦਾ ਬਹਾਦਰ ਚੰਗਾ ਲੱਗਦਾ ਉਹ ਆਪ ਬਾਗੀ ਨੇ, ਬਾਕੀਆਂ ਨੂੰ ਬਾਕੀ ਚੰਗੇ ਹੀ ਲੱਗਦੇ ਹੁੰਦੇ। ਅੱਤਵਾਦੀ ਚਾਹੇ ਮੁਸਲਮਾਨ ਹੈ, ਚਾਹੇ ਮਾਓਵਾਦੀ ਹੈ, ਚਾਹੇ ਉਹ ਸਿੱਖਾਂ ਦੇ ਨੇ, ਉਹ ਸਾਰੇ ਇੱਕੋ ਹੋ ਜਾਂਦੇ ਹੁੰਦੇ ਨੇ ਗਾਂ ਜਾ ਕੇ। ਇੰਟਰਸਟ ਉਹਨਾਂ ਦਾ ਸਾਂਝਾ, ਉਹ ਵੀ ਬਾਗੀ, ਉਹ ਵੀ ਬਾਗੀ, ਬਾਗੀ ਬਾਗੀ ਇੱਕ ਹੋ ਜਾਂਦੇ ਨੇ। ਉਹਦਾ ਥੱਲੇ ਵਾਲੀਆਂ ਸਰਕਾਰਾਂ ਇੱਕ ਹੋ ਜਾਂਦੀਆਂ ਨੇ, ਜਿਨ੍ਹਾਂ ਨਾਲ ਅੱਤਵਾਦੀ ਲੜਦੇ ਨੇ ਉੱਧਰ ਤੋਂ ਮੇਲ ਕਰ ਲੈਂਦੇ ਨੇ, ਉੱਧਰ ਅੱਤਵਾਦੀ ਆਪਸ ਵਿੱਚ ਹੀ ਮੇਲ ਕਰ ਲੈਂਦੇ, ਦੋ ਧੜੇ ਬਣ ਗਏ। ਗੁਰੂ ਤੋਂ ਸਿੱਖ ਵੀ ਬਾਗੀ ਅੱਜ ਦਾ, ਉਹ ਬੰਦਾ ਬਹਾਦਰ ਵੀ ਬਾਗੀ ਸੀ, ਉਹ ਚੰਗਾ ਲੱਗਦਾ, ਵਿਦਵਾਨ ਤਾਂ ਬਾਗੀ ਪਹਿਲਾਂ ਹੀ ਨੇ, ਗੁਰਮੁਖ ਨਹੀਂ ਬਾਗੀ ਹੋ ਸਕਦਾ, ਖਾਲਸਾ ਨਹੀਂ ਬਾਗੀ ਹੋ ਸਕਦਾ। ਜਿਹੜੇ ਨਹੀਂ ਸੀ ਬਾਗੀ, ਜਿਹੜੇ ਨਹੀਂ ਬਾਗੀ, ਉਹਨਾਂ ਨੂੰ ਬੰਦਾ ਬਹਾਦਰ ਬਾਗੀ ਲੱਗਦਾ ਹੈ ਹੁਣ ਵੀ। ਮਨਮੁਖ ਸੀ, ਮਨਮੁਖ ਹੋ ਗਿਆ ਸੀ, ਉਹਦਾ ਖਲਾਰਾ ਪਾ ਤਾਂ ਹੁਣ ਅਸੀਂ ਕੰਡੇ ਚੁੱਕਦੇ ਹਾਂ, ਉਹਦੇ ਬੀਜੇ ਨੇ ਕੰਡੇ ਹੈ ਜਿਹੜੇ ਨੇ ਹੁਣ ਚੁੱਕਦੇ ਹਾਂ, ਹੁਣ ਕੱਢੇ ਜਾਣੇ ਸਾਰੇ ਕੰਡੇ ਬਾਹਰ। ਹਾਂਜੀ, ਜਨ